ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਦਰਾਮਦਕਾਰਾਂ, ਮਿਲ ਮਾਲਕਾਂ ਤੇ ਵਪਾਰੀਆਂ ਵੱਲੋਂ ਕੀਤੇ ਗਏ ਅਰਹਰ ਦਾਲ ਦੇ ਭੰਡਾਰ ਦੀ ਨਿਗਰਾਨੀ ਲਈ ਕਮੇਟੀ ਦਾ ਗਠਨ ਕੀਤਾ ਹੈ। ਇਹ ਫੈਸਲਾ ਚੰਗੀ ਮਾਤਰਾ ਵਿੱਚ ਦਰਾਮਦ ਦੀ ਨਿਯਮਿਤ ਆਮਦ ਦੇ ਬਾਵਜੂਦ ਮਾਰਕੀਟ ਦੇ ਖਿਡਾਰੀਆਂ ਵੱਲੋਂ ਭੰਡਾਰ ਜਾਰੀ ਨਾ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਹੈ ਕਿ ਵਧੀਕ ਸਕੱਤਰ ਨਿਧੀ ਖਰੇ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ।